ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ 'ਤੇ। ਅਤੇ ਅੱਜ ਆਪਾਂ ਆਏ ਹਾਂ ਸਪਰੇਅ ਕਰਨ ਆਪਣਾ ਬਾਸਮਤੀ ਝੋਨਾ ਇਹਦੇ 'ਤੇ, ਅਤੇ ਇਹਦੇ ਨਾਲ ਆਪਾਂ ਲਾ ਕੇ ਨਿਸ਼ਾਨੀਆਂ ਕਿੱਥੇ ਜਾਣਾ, ਇਹ ਨਿਸ਼ਾਨੀਆਂ ਲਾਉਣੀਆਂ ਪੈਂਦੀਆਂ। ਅਤੇ ਆਪਾਂ ਵੀ ਚਰੀ ਦੇ ਟਾਂਡੇ ਗਾਰਡ ਅਤੇ ਉੱਤੇ ਲਿਫਾਫਾ ਬੰਨ੍ਹ ਕੇ ਕਾਲੇ ਰੰਗ ਦਾ ਵੀ ਦੂਰੋਂ ਦਿਸੇ। ਅਤੇ ਨਿਸ਼ਾਨੀਆਂ ਤਾਂ ਲਾਉਣੀਆਂ ਪੈਂਦੀਆਂ ਵੀ ਇੱਕ ਨਾ ਇਹ ਉਸਤਰੀ ਜ਼ਿਆਦਾ ਬਣ ਜਾਂਦੀ ਹੈ ਲੰਮਾ, ਅਤੇ 3 ਕਿੱਲੇ ਲੰਮਾ ਫਿਰ ਨਾ ਬੰਦਾ ਉਲਝ ਜਾਂਦਾ ਕਿੰਨੇ ਕਿਸੇ ਪਾਸੇ ਜਾਂਦਾ ਜਾਂਦਾ। ਹੁਣ ਉਹ ਨਿਸ਼ਾਨੀ ਨੂੰ ਸਿੱਧਾ ਜਾਇਆ ਕਰੂਗਾ ਅਤੇ ਆ ਕੇ ਨਿਸ਼ਾਨੀ ਪੱਟ ਕੇ ਅਗਲੇ ਥਾਂ ਲਾ ਦਿਆ ਕਰੂਗਾ, ਅਤੇ ਨਾਲ ਤਾਂ ਸਪਰੇਅ ਵਧੀਆ ਹੋਊਗੀ ਇਕਸਾਰ, ਕਿਸੇ ਪਾਸੇ ਗੜ ਦੁਗੜਾ ਨਹੀਂ ਜਾਂਦਾ ਕੰਮ, ਨਾਲੇ ਸੌਖਾ ਹੋ ਜਾਂਦਾ। ਨਹੀਂ ਮਨ 'ਚ ਐਂ ਵੱਜੀ ਜਾਂਦੀ ਹੈ ਵੀ ਕਿਤੇ ਇੱਧਰ ਤਾਂ ਨਹੀਂ ਜਾਵੜੇ, ਕਿਤੇ ਇੱਧਰ ਤਾਂ ਨਹੀਂ ਜਾਵੜੇ, ਇੱਧਰ ਨਾ ਸੰਨ ਰਹਿ ਜੇ, ਇੱਧਰ ਨਾ ਰਹਿ ਜੇ, ਉਹ ਫਿਰ ਟਿਕਾ ਕੇ ਇੱਕ ਥਾਂ ਆਪਦਾ ਸਿੱਧਾ ਉਦੋਂ ਤੁਰਿਆ ਜਾਂਦਾ ਸੜਕ ਦਾ, ਸੌਖਾ ਹੋ ਜਾਂਦਾ। ਅਤੇ ਉਹ ਉੱਥੇ ਆਪਾਂ ਲਾਉਣੇ ਦਵਾਈ ਚੱਲ ਕੇ। ਅਤੇ ਜਿਹੜਾ ਕੋਈ ਭਰਾ ਆਪਣੇ ਚੈਨਲ 'ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲੇ ਬੈੱਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਹੁਣ ਆਪਾਂ ਤੁਰੇ ਜਾਂਦੇ ਪੱਕੇ ਖਾਲਤੇ, ਦੇਖੋ ਪਾਣੀ ਵਗੀ ਜਾਂਦਾ ਅਤੇ ਜਾ ਕੇ ਆਪਾਂ ਬਣਾਉਣੇ ਦਵਾਈ। ਇੱਕ ਤਾਂ ਅੱਜ ਪਾਣੀ ਦਾ ਸੌਖਾ ਹੈ ਵੀ ਪਾਣੀ ਬਹੁਤ ਆਸੇ ਪਾਸੇ ਚਾਰ ਚਫੇਰੀ ਖਾਲਿਆਂ 'ਚ, ਇੱਧਰ ਵੀ ਖਾਲਾ ਅਤੇ ਉੱਧਰ ਵੀ ਖਾਲਾ ਇਹਦੇ 3 ਕਿੱਲਿਆਂ ਦੇ ਮੱਥੇ, ਅਤੇ ਆਹ ਲੰਮੀ ਸਾਈਡ ਵੀ ਖਾਲਾ ਹੈ, ਜਿੱਥੋਂ ਮਰਜ਼ੀ ਆਪਾਂ ਭਰ ਕੇ ਸਪਰੇਅ ਕਰ ਲਈਏ। ਅਤੇ ਹੁਣ ਆਪਾਂ ਦਵਾਈ ਲਾਉਣੀ ਹੈ ਚੱਲ ਕੇ, ਉੱਥੇ ਹੈਗਾ ਸੁੱਖਾ ਬਾਈ। ਅੱਜ ਆਪਾਂ 2 ਜਣੇ ਆਏ ਹਾਂ ਸਪਰੇਅ ਕਰਨ, ਅਤੇ ਉਹ ਵੱਡਾ ਭਾਈ ਹੈ ਅੱਜ ਪੱਠੇ ਲੈਣ, ਅਤੇ ਆਪਾਂ ਸਪਰੇਅ ਕਰ ਦਾਂਗੇ, ਉਹ ਪੱਠੇ ਲਿਆਊਗਾ, ਅਤੇ ਐਂ ਰਲ ਮਿਲ ਕੇ ਕੰਮ ਚੱਲੀ ਜਾਂਦਾ। ਚਲੋ ਹੁਣ ਮੈਂ ਤੁਹਾਨੂੰ ਵਿਖਾਉਣਾ ਆਪਾਂ ਸਪਰੇਅ ਕਿਹੜੀ ਕਰਨੀ ਹੈ। ਅਤੇ ਹੈ ਤਾਂ ਔਖਾ ਇਹ ਏਡੇ ਝੋਨੇ 'ਚ ਤੁਰਨਾ, ਹੁਣ ਬੰਦੇ ਜਿਹੜੇ ਝੋਨਾ ਇਹ, ਅਤੇ ਸਪਰੇਅ ਇੱਕ ਹੀ ਆ ਹੀ ਬਸ, ਝੋਨਾ ਮੁੰਜਰਾ ਮੋੜੀ ਆਉਂਦਾ, ਅਤੇ ਆਪਾਂ ਇੱਕ ਹੀ ਸਪਰੇਅ ਕਰਨੀ ਹੈ ਇਹਦੇ। ਹਾਂ ਇੱਕ ਝੋਨਾ ਆਪਣਾ, ਉਹ ਬੈਠਾ ਬਾਈ ਸੁੱਖਾ। ਦੋਨੇ ਸ਼ੀਸ਼ੀਆਂ ਪਾਉਣੀਆਂ ਵਿੱਚ? ਹਾਂ ਹਾਂ ਸ਼ੀਸ਼ੀਆਂ ਦੋਨੇ। ਇੱਕ ਤਾਂ ਬਾਈ ਆਪਾਂ ਕਰ ਰਹੀ ਆਹ, ਇਹ ਹੈ ਤਾਂ ਚੈਸ ਹੈ ਪਰ ਆਮ ਕੰਪਨੀ ਦੀ ਹੈ ਪੈਨਰ ਦੀ, ਅਤੇ ਇੱਕ ਆਪਾਂ ਕਰਨੀ ਹੈ ਨਟੀਵੋ, ਇਹ ਓਰੀਜਨਲ ਹੈ। ਇੱਕ ਆਪਾਂ ਕਰਨੀ ਕੋਰਾ ਜਾਨ ਜਿਹੜੀ 2 ਨੰਬਰ ਦੀ ਆਉਂਦੀ ਆ, ਹੁੰਦੀ ਬੈੱਲ ਵਾਲੀ ਹੈ ਅਤੇ ਪਰ ਊਂ ਵੀ ਸਸਤੀ ਹੁੰਦੀ ਉਹਦੇ ਨਾਲੋਂ, ਅਤੇ ਕੰਮ ਉਹੀ ਕਰਦੀ ਹੈ। ਇੱਕ ਆਪਾਂ ਇਹ ਸਪਰੇਅ ਕਰਨੀ ਆ। ਕਿੰਨੇ ਬਾਈ ਕਿੰਨੇ ਡੱਬੇ ਪਾਏ ਪਾਣੀ ਦੇ ਇਹਦੇ 'ਚ? 5। ਚੱਲ ਠੀਕ ਆ। ਹਾਂ ਭਾਈ ਉਹ ਮਿਲ ਲੈਣਾ ਸੀ ਉਹਦੇ ਨਾਲ, ਕਿੰਨਾ ਕੁ ਫਰਕ ਹੈ? ਥੋੜ੍ਹਾ ਜਿਹਾ ਫਰਕ ਹੈ, ਥੋੜ੍ਹਾ ਜਿਹਾ ਵੱਡਾ ਹੈ। ਠੀਕ ਰੱਖ ਲਈਏ। ਕੋਈ ਨਹੀਂ, ਇੱਕ ਆਹ ਡਰਮੀ ਚੱਲੂ ਅਤੇ ਇੱਕ ਆਹ ਚੱਲੂ। ਆ ਕੱਢੀ ਆ ਦਵਾਈ ਫਿਰ। ਕੋਲੀ
ਜਿਹਨੇ ਹੱਥ ਮਾਰ ਖੁਰ ਗਈਆਂ ਰਾਤੋ ਚੱਲ ਮੈਂ ਹੁਣ ਹਾਂ ਮਿਣ ਪਾ ਲਾ ਮੈਂ ਤੈਨੂੰ ਰੱਖ ਦੇ ਥੱਲੇ ਇੱਥੇ ਰੱਖ ਲਾ ਇੱਥੇ ਹਾਂ ਬੈਗ ਉਹ ਪਿਆ ਉਹ ਪਿਆ ਚਾੜਦਾ ਇਹਦੇ ਨਾਲ ਮਾਰ ਲਾ ਮਿੱਟੀ ਨਾਲ ਲੱਗੀ ਉਹ ਪਾਸੇ ਚੱਲ ਮਿਣ ਕਰ ਪੂਰੇ ਭਰ ਕੇ ਪਾਇਆ ਕਰ ਨਾ ਦਸ 11 ਹੋਣਗੀਆਂ 11 ਮੰਨ 11 ਮੰਨ ਬਈ ਮਾੜੀ ਮੋਟੀ ਘੱਟ ਹੀ ਪੈਂਦੀ ਸੀ ਐਂ 11 ਹਾਂ ਲਾ ਦਿਓ ਉਹਦੀ ਪੁੱਠੀ ਮੈਂ ਲਿਆਉਣਾ ਪਾਣੀ ਪਾਉਣਾ ਲਾ ਦਿਓ ਬਾਰਾਂ ਤੇਰਾਂ ਦਵਾਈ ਆਪਾਂ ਬਣਾ ਲਈ ਅਤੇ ਸੁਖਿਆ ਕਰ ਬਾਈ ਇਹਨੂੰ ਉੱਧਰ ਪਾ ਦੇ ਇੱਥੇ ਰੱਖ ਲੈ ਜੇ ਹਿਲਾ ਕੇ ਆਹ ਡੱਕੇ ਜਿਹੇ ਨਾ ਹਿਲਾ ਲਾ ਕਿ ਸਿੱਟਦਾ ਇਹਨਾਂ ਹਿਲਾ ਕੇ ਨਾ ਇੱਧਰ ਜਿਹੜਾ ਕਿਸੇ ਸਵਾਰ ਕੇ ਹਿਲਾ ਲਾ ਅਸਲ ਤਾਂ ਮੈਂ ਨਾ ਫੈਂਟ ਲਾ ਦੇਖੀ ਕੁਛ ਇਹ 'ਚ ਪਾਲਾ ਚੱਕ ਕੇ ਫਿਰ ਇਹ 'ਚ ਲੱਦ ਲਾਂਗੇ ਫੈਂਟੀ ਜਾਓ ਥੱਲੇ ਤੱਕ ਆਪਾਂ ਇਹ ਰੱਖ ਦਿਆ ਪਲ ਪਲ ਜਾ ਕੇ ਕੁਛ ਨਹੀਂ ਹੁੰਦਾ ਚੱਲ 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 ਲੱਦ ਲੱਦ ਪਛਾਣ ਕਰੀਆ ਬਸ 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 ਹੁਣ ਧਾਰ ਬੰਨ ਕੇ ਉਹਨੂੰ ਰਲਾ ਦੇ ਇਹਦੇ ਵਿੱਚ ਆਪੇ ਵਿੱਚ ਸਾਰੀ ਇੱਕੋ ਜੀ ਕਿੰਨੀਆਂ ਕੱਢਾਂ ਇੱਧਰ ਇੱਧਰ 11 ਵੇਖ ਲਾ ਤੂੰ ਇੱਧਰੋਂ ਚੱਲੇਗਾ 5-6 ਇੱਧਰੋਂ ਜਾਣਗੀਆਂ ਅੱਛਾ
ਕਿਆ ਚਲਾ ਲਈ ਸੀ, ਸਟਾਰਟ ਕਰ ਲਈ ਸੀ? ਚਲ ਅੱਜ ਇੱਧਰ ਕਰਕੇ ਫਿਰ ਸਵੇਰੇ ਆਪਾਂ ਪਹਿਲਾਂ ਦੂਜਾ ਕਰਾਂਗੇ, ਪਰਸੋਂ ਕਰਾਂਗੇ ਹੁਣ ਬਾਸਪਤੀ ਨੂੰ ਉੱਧਰ। ਚੰਗਾ ਬਹੁਤ ਬਹੁਤ ਸ਼ੀਤ ਵਾਧੂ ਹੈ, ਮੈਂ ਰੱਖ ਲਾ ਪਾਸੇ ਨੂੰ, ਉਹ ਮੈਂ ਲੈ ਜੂੰਗਾ ਉੱਧਰ, ਅਤੇ ਨਾਲ ਲੈ ਜੂੰ ਇੱਕ ਜਰਾਕੀ ਨੇ, ਇੱਕ ਜਰਾਕੀ ਤੂੰ ਇੱਥੇ ਰੱਖ ਲਾ, ਠੀਕ ਹੈ? ਡਰੰਮੀ ਚੱਕ ਆਪਦੀ ਅਤੇ ਮੈਂ ਲਿਜਾਣਾ ਉੱਧਰ। ਚਲੋ ਜੀ ਹੁਣ ਆਪਾਂ ਮਿਲਦੇ ਹਾਂ ਸਪਰੇਅ ਕਰਕੇ। ਹੁਣ ਆਏ ਹਾਂ ਵੀ ਅਸੀਂ ਦੋਨੇ ਸਪਰੇਅ ਕਰਨ ਵਾਲੇ ਹਾਂ, ਅਤੇ ਹੋਰ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਗਾ, ਅਤੇ ਹੁਣ ਆਪਾਂ ਟੈਲੀਫੋਨ ਰੱਖਦੇ ਨੇ ਅੰਦਰ ਰਿੰਗ ਬੰਦ ਕਰਕੇ, ਅਤੇ ਸਪਰੇ ਕਰਕੇ ਆਪਾਂ ਮਿਲਦੇ ਹਾਂ ਤੁਹਾਨੂੰ। ਕਿੰਨੀਆਂ ਡਰੰਮੀਆਂ ਲੱਗੀਆਂ ਆਪਾਂ ਸਾਰਾ ਕੁਛ ਤੁਹਾਨੂੰ ਦੱਸਾਂਗੇ। ਵੀ ਆਹ ਰਹਿ ਗਿਆ ਕਿੱਲਾ ਇੱਕ, ਅਤੇ ਉੱਧਰੋਂ ਛਿੜਕ ਲਿਆਂਦਾ, ਅਤੇ ਇੱਕ ਆਹ ਡਰੰਮੀ ਸੀ, ਇੱਕ ਮੈਂ ਦੂਜੀ ਨਾਲ ਮੈਂ ਛਿੜਕ ਆਇਆ 2.25 ਕਿੱਲੇ, ਅਤੇ ਬਾਕੀ ਇਹਦੇ ਨਾਲ ਛਿੜਕਦੇ ਹਾਂ 3.5 ਕਿੱਲੇ 4.25 ਕਿੱਲੇ। ਇਹ ਤੇਲ ਪਾ ਲਿਆ, ਔਖਾ ਬਹੁਤ ਆ ਬਈ ਇੰਨੇ ਵਧੇ ਝੋਨੇ 'ਚ, ਉਹ ਤਾਂ ਹਜੇ ਉੱਥੇ ਹਿਸਾਬ ਦਾ, ਇੱਥੇ ਜਾਂ ਨਾਲ ਜੇ ਬਾਹਲਾ ਵਧਿਆ, ਅਤੇ ਇੱਥੇ ਤਾਂ ਕੋਈ ਦੀਂਦਾ ਹੀ ਨਹੀਂ ਗਾ, ਨਾਲੇ ਉਲਝ ਜਾਂਦਾ ਬੰਦਾ, ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈਏ। ਝੋਨੇ ਨੇ ਵੀ ਫੋਕੀਆਂ ਮੁੰਜਰਾਂ ਬਹੁਤ ਕੱਢੀਆਂ ਵਿੱਚ, ਆਹ ਦੇਖੋ ਕਿਤੇ ਕਿਤੇ ਆ ਇਹ, ਪਤਾ ਨਹੀਂ ਤਾਂ ਗਰਮੀ ਨਾਲ ਹੈ, ਅਤੇ ਪਤਾ ਨਹੀਂ ਕੋਈ ਗੋਭ ਦੀ ਸੀ, ਪਰ ਆਪਾਂ ਪਦਾਨ ਵੀ ਪਾਇਆ ਸੀ ਅਤੇ ਸਪਰੇਅ ਵੀ ਕੀਤੀ ਸੀ ਸੁੰਡੀ ਵਾਲੀ, ਅਤੇ ਮੇਰੇ ਹਿਸਾਬ ਨਾਲ ਤਾਂ ਇਹ ਗਰਮੀ ਨਾਲ ਹੀ ਆ। ਗੇਤੇ ਝੋਨੇ ਜ਼ਿਆਦਾ ਸ਼ਿਕਾਇਤ ਹੈ, ਇਹ ਆਪਣਾ ਗੇਤਾ ਸੀ ਅਤੇ ਪਛੇਤਿਆਂ 'ਚ ਘੱਟ ਹੈ। ਲਓ ਜੀ ਸਪਰੇਅ ਦਾ ਨਿਬੜ ਗਿਆ ਕੰਮ ਇੱਧਰੋਂ, ਅਤੇ ਪਰ ਕੰਮ ਔਖਾ ਬਹੁਤ ਆ। ਔਖਾ ਇਹ ਨਹੀਂ ਵੀ ਸਪਰੇਅ ਕਰਨੀ ਔਖੀ ਆ, ਕੰਮ ਨਹੀਂ ਔਖਾ ਜੇ ਆਪਾਂ ਆਖੀਏ, ਕੰਮ ਤਾਂ ਕਰਨਾ ਹੀ ਪੈਣਾ ਅਤੇ ਕੰਮ ਹੀ ਕਰਮ ਆ, ਪਰ ਜਿਹੜਾ ਕੰਮ ਆ ਨਾ ਵੀ ਜਦੋਂ ਆਪਾਂ ਹੁਣ ਝੋਨੇ 'ਚ, ਜਿਹੜੇ ਝੋਨੇ 'ਚ ਜਿਵੇਂ ਆਹ ਜਦੋਂ ਆਪਾਂ ਇਹਦੇ 'ਚ ਤੁਰਦੇ ਹਾਂ ਨਾ, ਅਤੇ ਇੱਕ ਤਾਂ ਧਿਆਨ ਰੱਖਣਾ ਵੀ ਸਪਰੇਅ ਸਹੀ ਹੁੰਦੀ ਹੈ ਵੀ ਪਾਸੇ ਥਾਂ ਨਾ ਰਹੇ,
ਅਤੇ ਇੱਕ ਥੱਲਿਓਂ ਬਚਾ ਕੇ ਤੁਰਨਾ ਵੀ ਡਿੱਗ ਨਾ ਪਈਏ, ਉਹ ਵਾਲਾ ਔਖਾ ਕੰਮ ਹੈ, ਹੋਰ ਨਹੀਂ ਕੋਈ ਆਏ। ਸਪਰੇ ਦਾ ਤਾਂ ਮੰਨ ਲਓ 3-4 ਘੰਟੇ ਲੱਗਣੇ ਆ, ਕਿਹੜਾ ਵੀ ਸਾਰਾ ਦਿਨ ਲੱਗੇ ਆਉਣਾ। ਜਿਹੜੀ ਗੱਲ ਆ ਨਾ ਵੀ ਇੱਕ ਵਿੱਚ ਤਿਲਕਣ, ਇੱਕ ਝੋਨੇ ਚੌਲ ਜੀ ਜਾਣਾ, ਅਤੇ ਉੱਤੋਂ ਧਿਆਨ ਵੀ ਰੱਖਣਾ ਵੀ ਸਪਰੇ ਸਹੀ ਹੁੰਦੀ ਆ, ਕਿਸੇ ਪਾਸੇ ਕੋਈ ਥਾਂ ਰਹਿੰਦਾ ਤਾਂ ਨਹੀਂ। ਆਹ ਚੀਜ਼ ਔਖੀ ਆ। ਅਤੇ ਜਿਵੇਂ ਹੈਗੇ 26-26 ਝੋਨੇ, ਉਹਨਾਂ ਦੇ ਨਜ਼ਾਰਾ, ਉਹ ਤਾਂ ਛੋਟੇ ਛੋਟੇ ਹੈਗੇ ਗੋਡੇ ਗੋਡੇ, ਅਤੇ ਬੰਦਾ ਵਧੀਆ ਕਰੀ ਜਾਂਦਾ, ਨਾ ਕੋਈ ਉਹਦੇ ਚੌਲ ਜਾਣਾ, ਨਾ ਕੋਈ ਲੈਣਾ ਨਾ ਦੇਣਾ। ਇਹ ਜਿਹੜੇ ਬਾਹਲੇ ਵੱਡੇ ਝੋਨੇ, ਨਾ ਤਾਂ ਅੱਗੇ ਕੁਛ ਦਿੰਦਾ ਵੀ ਕਿੱਥੇ ਜਾਣਾ, ਅਤੇ ਉੱਧਰੋਂ ਆਪ ਰਜਾਈ ਆਉਂਦੇ ਥੱਲਿਓਂ ਡਿੱਗਣ ਤੋਂ ਬਚਣਾ। ਅਤੇ ਚਲੋ ਅੱਜ ਆਪਣੀ ਇੱਥੇ ਸਪਰੇਅ ਹੋ ਗਈ, ਨਿਬੜ ਗਿਆ ਕੰਮ, ਮਾਲਕ ਦੀ ਕਿਰਪਾ ਨਾਲ ਇਸੇ ਨਾਲ ਹੀ ਪੱਕ ਜੂਗਾ, ਪਰਮਾਤਮਾ ਕਿਰਪਾ ਕਰੇ। ਹੁਣ ਆਪਾਂ ਕਰਾਂਗੇ ਦੂਜੇ ਖੇਤ, ਉੱਥੇ ਆਪਾਂ 26 'ਤੇ ਵੀ ਕਰਨੀ ਆ, ਹਾਈਬ੍ਰਿਡ 'ਤੇ ਵੀ ਕਰਨੀ ਆ, ਅਤੇ ਬਾਸਮਤੀ 'ਤੇ ਵੀ ਕਰਨੀ ਆ। ਤੇਲ ਨਹੀਂ ਲਾਇਆ ਸੀ, ਚੱਲ ਯਾਰ ਹੁਣ ਹੋ ਗਈ ਗਿਰਾਂ ਕਿ ਨਹੀਂ। ਉਹ ਦਵਾਈ ਜੀ ਕਾਹ 'ਚ ਪਾਉਣੀ ਆ ਫਿਰ, ਸੰਦੇ ਤਾਂ ਸੰਭਾਲੀਏ, ਸੰਦੇ ਤਾਂ ਲੈ ਕੇ ਚਲੀਏ, ਉੱਧਰ ਵੀ ਇਹਨਾਂ ਨਾਲ ਕਰਨੀ ਆ। ਔਖਾ ਤਾਂ ਵਾਕਿਆ ਫਿਰ ਇੰਨੇ ਸੁਖਾ ਵਧੇ 'ਚ ਗੱਲ ਆ ਜਾਣਾ, ਫਿਰ ਇਹਦੇ ਵਿੱਚ ਸੰਭਲਣਾ ਵੀ ਕਿ ਨਹੀਂ, ਡਿੱਗਣ ਤੋਂ ਵੀ ਬਚਣਾ, ਸਪਰੇ ਵੀ ਵੇਖਣੀ ਸਹੀ ਹੁੰਦੀ ਆ ਕਿ ਨਹੀਂ। ਆਹ ਬਾਈ ਆਪਣੀ ਮੋਟਰ, ਇੱਕ ਆਹ ਇੰਜਨ, ਇੱਕ ਉਹ ਉੱਧਰ ਚੱਲੀ ਜਾਂਦੀ ਹੈ। ਇਹਨੂੰ ਚਲਾਈਏ, ਆਇਆ ਕਰ ਪੀ ਲਾ ਫਿਰ। ਲਓ ਵੀ ਆਟੋਮੈਟਿਕ ਦਿੱਤਾ ਛੱਡ, ਪੀਗਾ ਪਾਣੀ, ਆਟੋਮੈਟਿਕ ਛੱਡਿਆ ਸੀ ਨਾ। ਨਹੀਂ ਆਟੋਮੈਟਿਕ ਨਹੀਂ ਛੱਡ ਗਿਆ, ਚੱਲ ਪਈ। ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜਾਂ ਵੀਡੀਓ, ਮਿਲਦੇ ਆਪਾਂ ਕਿਸੇ ਹੋਰ ਨਾਲ। ਅਤੇ ਜਿਹੜਾ ਕੋਈ ਭਰਾ ਆਪਣੇ ਚੈਨਲ 'ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲੇ ਬੈਲ ਆਈਕਨ ਦਬਾਓ ਤਾਂ ਕਿ ਉਹਨਾਂ ਨੂੰ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ।